बाजीगर कास्ट नाल संबंधित ने, इन्होंने अंदरों साडा सीवीटी चोरी किया 220/66 KV का। खदेड़ के आए तो पता लगे तो सानू बाद च एक वीर जी ने दसिया कि थोड़ा कुछ समान लेके चोरी करके लेके जा रही है। ये चार जनानियां सी, चार दे विचों एक भज गई है, तीन असीं फड़ लईआं। मेरा नाम जी एस एस ए जसपाल सिंह है, मेरी डेजिग्नेशन है एस एस ए जी। मैं 220 KV स्टार्ट 220 KV अपने 66 KV सब स्टेशन इंचार्ज ड्यूटी ते सी। मामला यह होया जी, साडे ग्रेड दे अंदर बणिया तां मैं अपने जो अपने आरटीएम ते उन्हां नूं मैं दस्सिया, मैं कहिंदा थोड़ा खदेड़ के आओ। ते खदेड़ के आए ते पता लग्गिया ते सानूं बाद च इक वीर जी ने दस्सिया कि थोड़ा कुछ समान लैके इह चोरी करके लैके जा रही है। ਉਹ ਸਮਾਨ ਇਹਨਾਂ ਕੋਲ ਬਰਾਮਦ ਕੀਤਾ, ਇਹਨਾਂ ਨੇ ਸਾਡਾ ਸੀਵੀਟੀ ਤੋੜਤਾ ਜੀ 220 KV/66 ਦਾ। ਉਹ 66 ਦਾ ਸੀਵੀ ਤੋੜ ਕੇ ਆਪਣੇ ਨਾਲ ਲੈ ਕੇ ਜਾ ਰਹੀ ਹੈ, ਚੋਰੀ ਕਰਕੇ ਫੜੀਆਂ ਗਈਆਂ। ਇਹ ਚਾਰ ਜਨਾਨੀਆਂ ਸੀ, ਇਹ ਚਾਰ ਦੇ ਵਿੱਚੋਂ ਇੱਕ ਭੱਜ ਗਈ ਆ, ਤਿੰਨ ਅਸੀਂ ਫੜ ਲਈਆਂ। ਕੀ ਕੀ ਨਾਮ ਹੈਗੇ ਪਤਾ ਲੱਗੇ ਇਹਨਾਂ ਦਾ ਜੀ? ਇੱਕ ਦਾ ਨਾਮ ਹੈਗਾ ਗੀਤਾ ਧੱਕਾ ਕਲੋਨੀ ਸਮਰਾਲੇ ਤੋਂ ਆ, ਤੇ ਦੂਜੀ ਹੈਗੀ ਹੈ ਰੂਮਾ ਧੱਕਾ ਕਲੋਨੀ ਸਮਰਾਲਾ, ਤੀਜੀ ਹੈਗੀ ਹੈ ਰੇਖਾ ਧੱਕਾ ਕਲੋਨੀ ਸਮਰਾਲਾ, ਤੇ ਚੌਥੀ ਪੂਰਬਵਾ ਜੀ, ਉਹਦਾ ਪਤਾ ਨਹੀਂ ਕਿੱਥੇ ਦੀ ਆ। ਉਹ ਬਾਜੀਗਰ ਇਹਨਾਂ ਦੇ ਨਾਲ ਕੋਈ ਹੋਰ ਵੀ ਸੀਗਾ ਜੀ? ਇਹਨਾਂ ਨੇ ਜੀ ਇੱਕ ਟੈਂਪੂ ਬੁਲਾਇਆ ਸੀ, ਟੈਂਪੂ ਵਾਲਾ ਭੱਜ ਗਿਆ, ਜਦੋਂ ਫੜਨ ਲੱਗੇ ਟੈਂਪੂ ਵਾਲਾ ਭੱਜ ਗਿਆ ਤੇ ਇਹ ਫੜੀਆਂ ਗਈਆਂ। ਇਹਨਾਂ ਨੇ ਕੁਝ ਦੱਸਿਆ ਵੀ ਟੈਂਪੂ ਵਾਲਾ ਕਿੱਥੇ ਦਾ ਸੀ ਕੌਣ? ਨਾ ਇਹਨਾਂ ਨੇ ਕੁਝ ਨਹੀਂ ਦੱਸਿਆ ਜੀ, ਟੈਂਪੂ ਵਾਲਾ ਕਹਿੰਦੀ ਜੀ ਅਸੀਂ ਤਾਂ ਜਾਂਦਾ ਰਸਤੇ ਜਾਂਦਾ ਫੜਿਆ। ਪਹਿਲਾਂ ਵੀ ਕੋਈ ਚੋਰੀ ਹੋਈ ਹੈ? ਪਹਿਲਾਂ ਜੀ ਸਾਡੇ ਪਹਿਲਾਂ ਚੋਰੀ ਹੋਈ ਆ, ਨਾਰਮਲ ਚੋਰੀ ਹੋਈ ਆ, ਜਦੋਂ ਤਾਰਾਂ ਚੱਕ ਲਈਆਂ, ਲੋਹਾ ਚੱਕ ਲਿਆ, ਇਸ ਤਰ੍ਹਾਂ ਤਾਰਾਂ ਚੱਕ ਲਈਆਂ, 66 KV ਕੇਬਲ ਦਾ ਟੁਕੜੇ ਚੱਕ ਲਏ, ਇਸ ਤਰ੍ਹਾਂ ਕਾਫੀ ਚੋਰੀਆਂ ਹੋਈਆਂ। ਤੁਹਾਡਾ ਕੋਈ ਚੌਕੀਦਾਰ ਵਗੈਰਾ ਡਿਪਾਰਟਮੈਂਟ ਵਿੱਚ? ਚੌਕੀਦਾਰ ਜੀ ਨਾਈਟ ਦੇ ਵਿੱਚ ਚੌਕੀਦਾਰ ਰਹਿੰਦੇ ਆ, ਦਿਨ ਦੇ ਵਿੱਚ ਕੋਈ ਚੌਕੀਦਾਰ। ਦਿਨ ਐਤਵਾਰ ਨੂੰ ਅਟੈਕ ਕਰਦੀਆਂ ਹੈ, ਐਤਵਾਰ ਨੂੰ ਦੋ ਬੰਦੇ ਸ਼ਿਫਟ ਦੇ ਡਿਊਟੀ ਹੁੰਦੇ ਆ, ਇੰਚਾਰਜ ਇੱਕ ਨਾਲ ਸਹਾਇਕ ਹੁੰਦਾ ਜੀ। ਠੀਕ ਹੈ ਜੀ, ਪੁਲਿਸ ਨੂੰ ਤਲਾਹ ਦਿੱਤੀ, ਪੁਲਿਸ ਮੌਜੂਦਾ ਹਾਲਾਤ ਦੇਖਣ ਗਈ ਹੋਈ ਆ, ਮੌਕਾ ਦੇਖਣ ਗਈ ਹੋਈ ਆ, ਤੇ ਹੁਣ ਆਣਗੇ ਤੇ ਇਹਨਾਂ ਤੇ ਅਗਲੀ ਕਾਰਵਾਈ ਕੀਤੀ ਜਾਊ। ਇਹ ਇੱਥੇ ਕਰੇ ਸਾਡਾ ਸੀਸੀ ਪਿਆ ਸੀ, ਇਹਨੂੰ ਸੀਸੀ ਬੋਲਦੇ ਆ। ਇਹ ਬਾਜੀਗਰ ਨੇ ਕਾਫੀ ਲੰਬੇ ਸਮੇਂ ਤੋਂ ਇੱਥੇ ਚੋਰੀ ਕਰਦੀਆਂ ਆਉਂਦੀਆਂ ਨੇ, ਨਹੀਂ ਫੜੀਆਂ ਨਹੀਂ ਜਾਂਦੀਆਂ ਸੀ, ਤੇ ਅੱਜ ਇੱਕ ਮਲਾ ਸੀਗਾ ਕਲਾਲ ਪਿੰਡ ਤੋਂ ਬੰਦਾ, ਉਹਨੇ ਟੈਂਪੂ 'ਚ ਲੱਦਦਾ ਨੂੰ ਸਮਾਨ ਦੇਖ ਲਿਆ, ਤੇ ਦੇਖ ਕੇ ਫਿਰ ਉਹਨੇ ਰੌਲਾ ਪਾਇਆ, ਤੇ ਸਾਡੇ ਜਿਹੜੇ ਦੋ ਤਿੰਨ ਮੁਲਾਜ਼ਮ ਸੀਗੇ ਉਰੇ ਉਹ ਆ ਗਏ, ਤੇ ਬਾਕੀ ਫਿਰ ਇਕੱਠ ਹੋ ਗਿਆ ਸਾਰਾ। ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ, ਐਸ ਆਈ ਸਾਹਿਬ ਆਏ ਸੀ, ਉਹ ਲੈ ਗਏ ਉਹਨਾਂ ਨੂੰ ਬਿਠਾ ਕੇ, ਤੇ ਸਾਨੂੰ ਬੁਲਾਇਆ ਥਾਣੇ ਜਾ ਰਹੇ ਹਾਂ। ਇਹ ਕਿੰਨੇ ਜਣੇ ਸੀਗੇ ਜਿਨ੍ਹਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ? ਇਹ ਚਾਰ ਜਣੇ ਦੱਸਦੇ ਨੇ, ਤਿੰਨ ਜਣਿਆਂ ਤੋਂ ਮੌਕੇ ਤੋਂ ਫੜੇ ਗਏ, ਇੱਕ ਕਹਿੰਦਾ ਸਮਾਨ ਲੈ ਕੇ ਭੱਜ ਗਈ, ਕੁਛ ਸਮਾਨ ਉਹਦਾ ਉਸ ਤੋਂ ਇਹਨਾਂ ਤੋਂ ਬਰਾਮਦ ਵੀ ਹੋਇਆ। ਇਹ ਸਾਰੀਆਂ ਲੇਡੀਜ਼ ਹੀ ਨੇ? ਲੇਡੀਜ਼ ਨੇ ਜੀ। ਇਹ ਕਿੱਥੋਂ ਬਿਲੋਂਗ ਕਰਦੀ ਜੀ? ਇਹ ਜੀ ਪਤਾ ਲੱਗਿਆ ਵੀ ਸਮਰਾਲੇ ਤੋਂ ਨੇ। ਔਰ ਕਿੰਨੇ ਕੁ ਦਾ ਹੈਗਾ ਜੀ ਪੁਰਜਾ ਜਿਹੜਾ? ਇਹ ਪੁਰਜਾ ਲਗਭਗ ਕਿੰਨੇ ਕੁ ਦਾ? 5 ਲੱਖ ਦਾ ਪੁਰਜਾ ਹੈਗਾ ਜਿਹੜਾ ਤੋੜਿਆ। ਇਹ ਪਹਿਲਾਂ ਵੀ ਇਹਨਾਂ ਨੇ ਕਦੇ ਕੁਛ? ਪਹਿਲਾਂ ਜਾਨੀ ਐਡਾ ਕੰਮ ਨਹੀਂ ਕਰਿਆ ਕੋਈ, ਤੇ ਆ ਲੋਹਾ ਲਾਹਾ ਤੇ ਸਾਡੇ ਕੇਬਲਾਂ ਹੋਰ ਇਦਾਂ ਦੀਆਂ ਚੀਜ਼ਾਂ ਕਾਫੀ ਲੰਬੇ ਸਮੇਂ ਤੋਂ ਆਉਂਦੀਆਂ ਨੇ, ਕਿਉਂਕਿ ਬਾਹਰਲਾ ਬੰਦਾ ਜਿਹੜਾ ਬਗੈਰ ਭੇਤੀ ਆ ਉਹ ਬਿਜਲੀ ਘਰ ਦੇ ਅੰਦਰ ਨਹੀਂ ਆਉਂਦਾ। ਦਿਨ ਦੇ ਵਿੱਚ ਦੇਖ ਰੇਖ ਲਈ ਕੋਈ ਮੁਲਾਜ਼ਮ? ਦਿਨ ਦੇ ਵਿੱਚ ਦੇਖ ਰੇਖ ਲਈ ਕੋਈ ਮੁਲਾਜ਼ਮ ਨਹੀਂ ਹੈਗਾ ਇੱਥੇ। ਅੱਗੇ ਸਕਿਉਰਿਟੀ ਹੁੰਦੀ ਸੀ ਪੈਕਸੋ ਦੀ, ਉਹ ਵੀ ਹੁਣ ਦੋ ਬੰਦੇ ਹੀ ਹੈ ਨੇ, ਇੱਕ ਰਾਤ ਨੂੰ ਹੀ ਆਉਂਦੇ ਨੇ ਇੱਕ ਦਿਨ ਛੱਡ ਕੇ।